ਚੱਲ ਵੇ ਚੰਨ ਮਾਹੀ, ਲੱਗਦਾ ਕਿਸੇ ਦੇ ਘਰੋਂ ਗੋਸ਼ਤ ਨਹੀਂ ਆਇਆ। ਸੂਟ ਵੀ ਕੱਲ ਵਾਲਾ ਹੀ ਪਾਇਆ। ਮਹੱਲੇ 'ਚ ਲੱਗਦਾ ਕਿਸੇ ਨਾਲ ਬਣਾ ਕੇ ਨਹੀਂ ਰੱਖੀ ਤੁਸੀਂ, ਹੈ ਨਾ? ਮੱਲਾ ਨੇ ਕਲੋਨੀ ਆ। ਓਹੋ, ਇਹਦਾ ਮਤਲਬ ਤੁਹਾਡੇ ਖਿਲਾਫ਼ ਹੁਣ ਕਲੋਨੀ ਕਾਰਵਾਈ ਹੋਏਗੀ। ਕਿਤੋਂ ਗੋਸ਼ਤ ਨਹੀਂ ਆਇਆ? ਓਏ ਹੋਏ, ਮੇਰੇ ਗੋਸ਼ਤ ਕੇਸਾ ਯੇ ਕਿਆ ਹੋ ਗਿਆ, ਨਾ ਜਾਣੇ ਤੂੰ ਕਹਾਂ ਖੋ ਗਿਆ। ਬਈ ਮੇਰੇ ਗੋਸ਼ਤ, ਮਜ਼ਾਕ ਨਾ ਉਡਾ। ਅੱਛਾ ਇੱਕ ਹੋਰ ਸੁਣੋ ਫਿਰ, ਨਾਮ ਨਾ ਬਾ ਸੁਣੋ ਤੇ ਸਹੀ। ਉਹ ਕਿਹੜਾ? ਗੋਸ਼ਤ ਗੋਸ਼ਤ ਨਾ ਰਹਾ, ਪਿਆਜ਼ ਪਿਆਜ਼ ਨਾ ਰਹਾ, ਇੱਕ ਗੋਸ਼ਤ ਢੂੰਡਤਾ। ਥੋੜ੍ਹਾ ਥੱਲ ਸਿੱਧੇ ਹੋ ਕੇ ਬੈਠੋ, ਥੋੜ੍ਹਾ ਬੂਟਾ ਜੀ ਉੱਠ ਕੇ ਦੁਬਾਰਾ ਬੈਠੋ ਤਰਾ। ਮੈਂ? ਹਾਂਜੀ, ਆ ਢਿੱਲੇ ਜੇ ਫਿੰਗੇ 'ਚ ਹੋ ਕੇ ਬੈਠੇ, ਗੋਸ਼ਤ ਨਹੀਂ ਆਇਆ, ਸਾਡਾ ਕਸੂਰ ਆ। ਹਾਂ ਇੱਦਾਂ, ਸ਼ਾਬਾਸ਼, ਵੈਰੀ ਗੁੱਡ, ਉਂਝ ਦੇ ਹੀ ਆ। ਆ ਚਲੋ। ਐ ਮੇਰੇ ਗੋਸ਼ਤ ਜਲਦੀ ਆ ਜਾ, ਬਿਨ ਤੇਰੇ ਹਾਂਡੀ ਅਧੂਰੀ ਹੈ। ਐ ਮੇਰੇ ਗੋਸ਼ਤ ਜਲਦੀ ਆ ਜਾ। ਬਸੂੜਿਆਂ ਦੇ ਦੁੱਖ ਵੱਖਰੇ। ਅੱਛਾ, ਐਡਾ ਤੂੰ ਮੁਲਤਾਨ ਸੈਨ। ਚਲੋ ਵਨ। ਅਸਲਾਮ ਅਲੈਕੁਮ ਨਾਜ਼ਰੀਨ, ਨਾਜ਼ਰੀਨ ਕੋਇਨੂਰ ਚੈਨਲ ਕੇ ਪ੍ਰੋਗਰਾਮ ਮਕਬੂਲ ਆਮ, ਈਦ ਕਾ ਦਿਨ ਆਪ ਸਭ ਕੋ ਮੁਬਾਰਕ ਹਾਂ। ਮੈਂ ਹੂੰ ਚਾਚਾ ਬੂਟਾ ਔਰ ਮੇਰਾ ਨਾਮ ਹੈ ਮੁਹੱਬਤ। ਮੈਨੇ ਵੀ ਕੁਰਬਾਨੀ ਕੀ ਆ, ਲੇਕਿਨ ਇਹ ਹੈ ਕਿ ਗੋਸ਼ਤ ਜੋ ਹੈ ਵੋ ਸਾਰਾ ਬਾਂਡ ਗਿਆ, ਗਰੀਬੋ ਮੈਂ ਦੇ ਦਿਆ ਮੈਨੇ ਸਾਰਾ, ਕਿਉਂਕਿ ਇਹ ਇੱਕ ਦਿਨ ਹੋਤਾ ਜਬ ਆਪ ਫਿਰ ਆ ਕੈਮਰਾ ਮੈਨ ਕਿੰਨਾ ਹੀ ਲੈ ਗਿਆ, ਮੇਰੇ ਬਗੈਰ ਚੋਰੀ ਕਾ ਚੁੱਕ ਲੈ ਗਿਆ। ਆ ਜਿਹੜਾ ਲੈਟ ਮੈਨ ਆ, ਕੁਛ ਇਹ ਕੁਛ ਚੈਨਲ ਦੇ ਕਾਫੀ ਲੋਕ ਜਿਹੜੇ ਵਿਚਾਰੇ ਗਰੀਬ ਆਦਮੀ ਇੱਥੇ ਜੇ। ਹੈਲੋ, ਹੁਣ ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ ਬੂਟਾ ਜੀ, ਈਦ ਮੁਬਾਰਕ ਹੋਵੇ ਜਨਾਬ ਜੀ। ਖੈਰ ਮੁਬਾਰਕ ਜੀ। ਬੂਟਾ ਜੀ, ਗੋਸ਼ਤ ਪਿਆ ਤੁਹਾਡਾ? ਮੇਰਾ? ਹਾਂਜੀ, ਮੇਰਾ ਗੋਸ਼ਤ, ਮਤਲਬ ਤੁਹਾਡੇ ਹਿੱਸੇ ਦਾ? ਮੇਰੇ ਹਿੱਸੇ ਦਾ? ਹਾਂਜੀ, ਮੇਰੇ ਹਿੱਸੇ ਦਾ ਛੱਲਾ ਮਾਹੀ ਲਾ ਲਿਆ, ਘਰ ਜਾ ਕੇ ਗੋਸ਼ਤ ਖਾਵਾਂਗੀ। ਅੱਛਾ ਬੂਟਾ ਜੀ, ਇਹ ਦੱਸੋ ਵੀ ਬੋਟੀ ਕਿਹੜੀ ਕਿਸ ਤਰ੍ਹਾਂ ਦੀ ਪਸੰਦ ਕਰਦੇ ਜੇ, ਤੇ ਮੈਂ ਭੇਜਾਂ ਫਿਰ ਤੁਹਾਨੂੰ। ਮਤਲਬ ਕਿ ਤੁਸੀਂ ਕਿਹੜੇ ਹਿੱਸੇ ਦਾ ਗੋਸ਼ਤ ਸ਼ੌਕ ਨਾਲ ਖਾਂਦੇ ਜੇ? ਉਹ ਜਿਹੜਾ ਕਿਸੇ ਹੋਰ ਦਾ ਹਿੱਸਾ ਨਹੀਂ ਹੁੰਦਾ? ਹੈ ਜੀ, ਹਾਂ, ਬਸ ਉਹ ਮੈਨੂੰ ਭੇਜ ਦੇ। ਨਹੀਂ ਨਹੀਂ, ਇੰਜ ਨਹੀਂ ਬੂਟਾ ਜੀ, ਤੁਹਾਡੇ ਹਿੱਸੇ ਦਾ ਪਿਆ ਲੈਦਾ ਜੇ ਆਉਂਦੇ ਹੋਵੇ ਨਾ, ਨਾ ਹੋਵੇ ਤੇ ਫਿਰ ਮੈਂ ਕਿਸੇ ਦੇ ਹਿੱਸੇ ਚੋਂ ਕੱਢਾਂ। ਨਾ, ਮੇਰੇ ਹਿੱਸੇ? ਨਹੀਂ ਨਹੀਂ, ਫਿਰ ਵੀ ਮੈਂ ਰਾਨ ਦਾ। ਰਾਨ ਦਾ? ਹਾਂਜੀ। ਅੱਛਾ, ਰਾਨ ਦਾ ਤੇ ਰਨ ਦਾ, ਯਾਨੀ ਰਨ ਭਾਗਨਾ? ਹਾਂ। ਅੱਛਾ, ਰਾਨ ਦਾ? ਰਾਨ ਦਾ। ਰਹਿਣ ਦਾ? ਨਹੀਂ ਨਹੀਂ, ਮੈਂ ਭੇਜਣਾ, ਰਹਿਣ ਕੋ ਤਾਂ ਦੱਸੋ, ਰਾਨ ਦਾ ਕਿ ਰਹਿਣ ਦਾ? ਰਾਨ ਦਾ। ਅੱਛਾ, ਰਾਨ ਦਾ ਤੇ ਨਾਲ ਥੋੜਾ ਹੋਰ ਕੋਈ ਗਰਦਨ ਦਾ ਪਾ ਲਾ ਥੋੜਾ ਜਿਹਾ ਨਾਲ। ਫਿਰ ਪੁੱਠ ਦਾ ਪਾ ਲਓ। ਪੁੱਠ ਦਾ? ਹਾਂ, ਨਾਲੋ ਨਾਲ ਚਲੋ ਨਾ, ਤੁਸੀਂ ਇਕਦਮ ਐਡੀ ਛਾਲ ਮਾਰ। ਅੱਛਾ, ਤੇ ਆਪਣਾ ਉਹ ਪਾਵੇ? ਪਾਵੇ ਤੁਹਾਡੀ ਸਵਾਬ ਦੀ। ਅੱਛਾ, ਤੇ ਸਿਰੀ ਬਣਦੀ ਹੈ? ਅੱਛਾ, ਤੇ ਅਸੀਂ ਮਤਲਬ 60 ਮਿੰਟ ਖਾਣੇ ਨੇ, ਸਾਰਾ ਕੁਝ ਤੁਸੀਂ ਮੰਗੀ ਜਾਂਦੇ? ਮੈਂ ਤਾਂ ਕੁਛ ਵੀ ਨਹੀਂ ਮੰਗਿਆ ਤੁਹਾਡੇ ਕੋਲੋਂ। ਆ ਸਾਰੀ ਸਵਾਬ ਦੀਦੀ ਸਾਡੀ, ਆ ਵੀ ਦੇ ਦਿਓ। ਆ ਵੀ ਸਵਾਬ ਦੀਦੀ ਮਰਜ਼ੀ ਹੁੰਦੀ ਹੈ, ਦਿਓ ਨਾ ਦਿਓ। ਅੱਛਾ ਠੀਕ ਆ, ਉਹ ਪਸਲੀਆਂ ਦਾ ਪਾ ਲਓ। ਪਸਲੀਆਂ ਨੂੰ ਕਹਿੰਦੇ ਕੀ ਨੇ ਵੈਸੇ, ਪਸਲੀਆਂ ਦੇ ਗੋਸ਼ਤ ਨੂੰ? ਸੀਨੇ ਦਾ? ਅੱਛਾ, ਉਹ ਵੀ ਚਾਹੀਦਾ ਹੋਣਾ। ਚਾਂਪਾਂ ਦਾ? ਨਹੀਂ, ਉਹ ਵੀ ਚਾਹੀਦਾ। ਆਹੋ ਯਾਰ, ਉਹ ਲਾਜ਼ਮੀ, ਥੋੜਾ ਜਿਹਾ ਲਾਜ਼ਮੀ ਉਹ ਭੇਜੀ ਆ। ਅੱਛਾ ਠੀਕ ਆ। ਅੱਛਾ ਜੀ, ਇਹ ਕੁੱਲ ਹੋ ਗਿਆ ਤਕਰੀਬਨ ਕੋਈ ਪਾਈਆ ਕ, ਇੱਕ ਪੁੱਠ ਦੀ ਬੋਟੀ, ਇੱਕ ਰਾਨ ਦੀ ਬੋਟੀ, ਹਾਂਜੀ, ਇੱਕ ਚਾਂਪ, ਹਾਂ, ਇੱਕ ਬੋਟੀ ਗਰਦਨ ਦੀ, ਹਾਂਜੀ, ਚਾਰ ਬੋਟੀਆਂ ਹੋ ਗਈਆਂ, ਹਾਂਜੀ। ਇਹ ਮੇਰੇ ਹਾਲ ਕੋ 200 ਗ੍ਰਾਮ ਹੋ ਜਾਏਗਾ। ਹਾਂ ਚਲੋ, ਤੇ ਕਿਤੇ ਕੋਹਿਨੂਰ ਭੇਜ ਦਿਆਂ? ਕੋਹਿਨੂਰ ਭੇਜ ਦਿਓ। ਚਲੋ ਠੀਕ ਆ। ਅੱਛਾ, ਅੱਲਾ ਹਾਫਿਜ਼। ਓਕੇ ਜੀ। ਅੱਛਾ, ਤੇ ਖਲ ਦਾ ਕੀ ਕਰਨਾ? ਖਲ ਮੇਰੀ ਲਾਲਾ ਤੋਂ। ਅੱਛਾ ਚਲੋ, ਇਸ ਤਰ੍ਹਾਂ ਵੀ ਪਾਵੇ ਨੇ ਚਾਰ, ਉਹਨਾਂ ਦੇ ਵਿੱਚੋਂ ਇੱਕ ਭੇਜ ਦੇਣਾ। ਹਾਂ, ਇੱਕ ਭੇਜ ਦਿਓ। ਪਿਛਲਾ ਪਿਛਲਿਆਂ ਚੋਂ ਭੇਜਾਂ ਕਿ ਅਗਲਿਆਂ ਦੇ ਵਿੱਚੋਂ ਭੇਜਾਂ? ਯਾ ਪਿਛਲਾ ਹੀ ਭੇਜ ਦੇ। ਪਿਛਲਾ ਸੱਜਾ ਕਿ ਖੱਬਾ? ਖੱਬਾ। ਪਿਛਲਾ ਖੱਬਾ? ਓਕੇ ਓਕੇ। ਪਿਛਲਾ ਪਾਵਾ ਖੱਬੀ ਸਾਈਡ ਵਾਲਾ ਤੁਹਾਡਾ ਹੋ ਗਿਆ ਜਨਾਬ ਜੀ। ਅੱਛਾ, ਸ਼ਾਪਰ ਲੈ ਕੇ ਆ ਰਿਹਾ ਮੁੰਡਾ। ਠੀਕ ਹੈ ਠੀਕ ਹੈ ਜੀ, ਠੀਕ ਹੈ। ਤੇ ਸਿਰੀ ਜਿਹੜੀ ਹੈ ਮੈਂ ਤੁਹਾਨੂੰ ਭੇਜਦਾ, ਤੁਸੀਂ ਜਨਾਬ ਜੀ ਉਹ ਵਾਰ ਕੇ ਨਾ ਆਪਣੇ ਉੱਤੋਂ ਤੇ ਵੰਡ ਦੇਣੀ। ਓਏ ਬੇਵਕੂਫਾ, ਕੌਣ ਅਹਿਮਕ ਆਦਮੀ ਹੈ ਤੂੰ? ਕੁਰਬਾਨੀ ਦੀ ਸਿਰੀ ਦਾ ਸਦਕਾ ਨਹੀਂ ਹੁੰਦਾ, ਨਾ ਵਾੜੀ ਦੀ। ਅੱਛਾ ਅੱਛਾ, ਹਾਂ
बात करते टेलीफोन गोश्त पहुंच गया तेरा मैं। नहीं नहीं मैं भेज दा। अच्छा आ गया आ गया। अच्छा एक बोटी और होंदी बकरे दी बड़ी शुक मतलब लुआब दी होंदी। लुआब दी? हां वो केड़ी होंदी यार मैं सुने नहीं कदी बोटी दी। नहीं सुनया तो फिर टेलीफोन बंद कर दे यार वो केड़ी होंदी। अच्छा मेरे एवे दिमाग अच्छा जुबान जुबान ओए जुबान सिरी दे विच होंदी है। तो लुआब दी बोटी केड़ी होंदी यार? लुआब दी बोटी जिस्म दे विच होंदी। कि नहीं जिस्म दे विच ते होंदी आ पर किथे करके होंदी जिस्म दे विच? रान ते पुठ दे दरम्यान चुंजी। तुसी अनिल कपूर दी ते नहीं गल कर रहे? ओ नहीं यार नहीं यार नहीं यार फिर तुसी दस दियो यार मैं नहीं सुनया पता लग गया। अच्छा 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 यार इंतहाई बदतमीज। तो यार तुसी दस दियो ना लाभ दी केड़ी बोटी होंदी फिर मैं अंदाज दे अपने कोलो लाउणा ही है ना फिर। रान और पुठ दे दरम्यान जिहड़ी बोटी होंदी ना। अच्छा अंदर किते होंदी है? हां अंदर होंदी सिंगां दे कोल। नहीं चलो बस करो जो अगला कॉल बंद कर दे फिर पिछो नहीं बोली दा। ओ मैं तो यार ओ मुंडे नु कहनिया। हेलो हां अस्सलाम वालेकुम। वालेकुम सलाम यार ईद का देना यार। ओ भाई जी मैं कहड़ा कहने भी तुहाडी वफात दा देना कैमरामैन अज अजीब गल है मेरी वफात कदों वे यार। आ खतून ओ यार खतून नु छड यार तू अगो पिछो अज खतून नु रहन देंदा तू सारा साल खतूना ना ही होना। ओ भाई जी मैं ते विक्टिम नु बुलाना ही छड दित्ता आ धक्के ना ही मुसल्लत कीती गई है मेरे उत्ते। अच्छा मेनू तुसी ए दसो के ईद तो एक दिन पहले दा मेरा बकरा जेड़ा चोरी होया। मुबारक होवे। कादी भाजन बकरा चोरी होन दी? अच्छा जी चलो फिर अल्लाह करे तुसी एदा ही हर साल फिर जेड़े ना मुबारक दे हकदार होया करो। तुहाडे वल्लों कुर्बानी हो गई है? मेरे वल्लों? हां ते गोश्त मैं अपने फुफड़ सोहरे को लेके खाना। गोश्त तुहानू इधरों उधरों आ जाएगा? इधरों उधरों की मतलब? ओ बाबा तुहाडा की कसूर है तुसी बकरा चोरी करवाया नहीं बकरा चोरी हो गया। बूटा जी यकीन करो 33,000 दा बकरा लिया रात बाहर बन्नया ओ याद ही नहीं रहा क्योंकि किहड़ा आदत सी ਉਹ ਸਵੇਰੇ ਕਿਤੇ ਫਜਰ ਦੇ ਟਾਈਮ ਅੱਖ ਖੁੱਲੀ ਆ ਉਦੋਂ ਯਾਦ ਆਇਆ ਵੀ ਯਾਰ ਬਾਹਰ ਬੱਕਰਾ ਸੀ। ਉਹ ਜਨਾਬ ਜਦੋਂ ਬਾਹਰ ਦੇਖਿਆ ਤਾਂ ਬਾਹਰ ਹੈ ਹੀ ਨਹੀਂ ਸੀ ਸੰਗਲ ਵੀ ਨਹੀਂ ਸੀ ਉਹ ਤੜਾ ਕੇ ਦੌੜ ਗਿਆ ਜਾਂ ਚੋਰੀ ਹੋ ਗਿਆ ਜਾਂ ਪਤਾ ਨਹੀਂ ਕੀ ਹੋ ਗਿਆ ਪਰ ਮੇਰੇ ਵੱਲੋਂ ਤਾਂ ਜਨਾਬ ਅੱਛਾ ਮੇਰੇ ਵੱਲੋਂ ਤਾਂ ਚੋਰੀ ਹੋਇਆ ਬੂਟਾ ਜੀ। ਮੈਂ ਚੌਕੀਦਾਰ ਨੂੰ ਪੁੱਛਿਆ ਉਹਨੇ ਕਿਹਾ ਮੈਂ ਰਾਤੀ ਇੱਥੇ ਫੱਟੇ ਦੇ ਤਿੰਨਾਂ ਚੋਂ ਬੱਕਰਿਆਂ ਨਾਲ ਬੈਠਾ ਵੇਖਿਆ ਸੀ ਉਸ ਤੋਂ ਬਾਅਦ ਨਹੀਂ ਪਤਾ ਲੱਗਾ ਕਿੱਧਰ ਨੂੰ ਗਿਆ। ਅੱਛਾ ਹੁਣ ਸ਼ਰੀਕਾ ਵੀ ਆ? ਹਾਂਜੀ ਬਹੁਤ ਜ਼ਿਆਦਾ ਨੁੱਕਰ ਤੇ ਪਾਨਾ ਲੈਗਾ ਉਹਨੂੰ। ਮੈਂ ਪੁੱਛਿਆ ਉਹਨੇ ਕਿਹਾ ਮੇਰੇ ਕੋਲ ਉਹਨੇ ਸਿਗਰਟ ਲਏ ਨੇ ਅੱਧੀ ਡੱਬੀ ਉਸ ਤੋਂ ਬਾਅਦ ਉਹ ਐਂ ਨੂੰ ਗਿਆ ਮੁੜ ਕੇ ਨਹੀਂ ਪਤਾ ਲੱਗਾ ਕਿੱਧਰ ਨੂੰ ਗਿਆ। ਮੈਂ ਪੱਠਿਆਂ ਵਾਲੇ ਕੋਲ ਗਿਆ ਮੈਂ ਉਹਦੇ ਨਾਲ ਅਕਸਰ ਜਾਣਾ ਸੀ ਉਹ ਕਹਿੰਦਾ ਪੈਣ ਆਇਆ ਸੀ ਤੁਹਾਡਾ ਨਾਂ ਲੈ ਕੇ ਪੱਠੇ ਲੈ ਗਿਆ ਮੇਰੇ ਕੋਲੋਂ। ਸਨੋਕਰ ਕਲੱਬ ਚੈੱਕ ਕੀਤੇ ਸੀ? ਬੂਟਾ ਜੀ ਮੈਂ ਆਇਆ ਇੱਕ ਮਿੰਟ ਮਿਹਰਬਾਨੀ। ਵੋਗੋ ਯਾਰ ਪ੍ਰੋਡਿਊਸਰ ਪ੍ਰੋਗਰਾਮ ਵਿੱਚ ਸ਼ੁਰੂ ਕਰ ਲੈਂਦੇ ਯਾਰ। ਹੈਲੋ ਹੈਲੋ ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਬੂਟਾ ਜੀ ਕੁਰਬਾਨੀ ਕੀਤੀ ਤੁਸੀਂ ਯਾਰ ਕੀ? ਹਾਂਜੀ ਕੁਰਬਾਨੀ ਕੀਤੀ। ਅੱਛਾ ਕੀ ਕੀਤਾ ਬੂਟਾ ਜੀ? ਬੱਕਰਾ ਕੀਤਾ ਜੀ ਇੱਕੋ ਹੀ। ਹਾਂਜੀ 42,000 ਰੁਪਏ ਦਾ ਮੈਂ ਇੱਕ ਬੱਕਰਾ ਲਿਆ। ਕਿੰਨੇ ਦਾ? 42,000। 42,000 ਦਾ? ਹਾਂਜੀ 42,000। ਹਾਂਜੀ ਭਾਈ ਜੀ ਉਹਦੇ 'ਚ ਵਾਈਫਾਈ ਵੀ ਸੀ? ਅਜੀਬ ਗੱਲ ਆ 42,000 ਦਾ। ਉਹਦੇ 'ਚ ਯੂਟਿਊਬ ਵੀ ਖੋਲਦੇ ਸੀ? ਅੱਛਾ ਗੂਗਲ ਵੀ ਖੋਲਦਾ ਹੋਣਾ? ਗੂਗਲ ਵੀ ਖੋਲਦਾ ਸੀ। ਅੱਛਾ ਅੱਛਾ ਰੈਮ ਕਿੰਨੀ ਸੀ ਉਹਦੀ ਤਕਰੀਬਨ? 8 GB ਦੀ ਹੋਣੀ ਹੈ ਨਾ? 16 GB। ਅੱਛਾ ਹਾਂਜੀ 16 GB ਰੈਮ। ਵਾਹ ਵਾਹ ਪ੍ਰੋਸੈਸਰ ਕਿਹੜਾ ਸੀ? ਡੂਅਲ ਕੋਰ ਸੀ ਜਾਂ ਕੋਰ ਟੂ ਡੂ ਸੀ ਜਾਂ ਕਿਹੜਾ ਸੀ? ਹਾਂ ਡੂਅਲ ਕੋਰ ਹੋਣਾ ਨਾ। ਆਹੋ ਡੀਵੀਡੀ ਰੂਮ ਵੀ ਲੱਗਾ ਸੀ। ਅੱਛਾ ਅੱਛਾ ਤੇ ਵਾਈਫਾਈ ਦੀ ਰੇਂਜ ਕਿੰਨੀ ਕਿ ਸੀ ਉਹਦੀ? ਕਿੰਨੀ ਕੁ ਦੂਰੋਂ ਢੁੱਡ ਮਾਰ ਦਿੰਦਾ ਸੀ ਆ ਕੇ? ਵਾਹ ਵਾਹ ਦੂਰੋਂ ਆ ਕੇ ਮਾਰ ਲੈਂਦਾ ਸੀ। ਬੜੀ ਰੇਂਜ ਆ ਫਿਰ ਤੇ? ਆਹੋ। ਅੱਛਾ ਜੀ ਵਾਹ ਵਾਹ ਬੜੀ ਗੱਲ ਆ ਬੂਟਾ ਜੀ। ਮੈਂ ਯਕੀਨ ਕਰੋ ਕਿ 6-7 ਘੰਟੇ ਮੰਡੀ ਤੇ ਫਿਰ ਕੇ ਜ਼ਲੀਲ ਹੋ ਕੇ ਤੇ 50,000 ਦੀ ਗਾਂ ਲੈ ਕੇ ਆਇਆ। ਉਹ i3 ਹੋਣੀ, i3 ਮਿਲਦੀ ਇਹਨੇ ਕਦੀ? ਹਾਂਜੀ ਹਾਂਜੀ i3। ਤੁਹਾਡਾ ਜਿਹੜਾ ਬੱਕਰਾ ਜੀ ਉਹ ਕਿਤੇ ਇੰਜ ਤੇ ਨਹੀਂ ਸੀ ਬੋਲਦਾ ਕਿ ਨਹੀਂ ਨਹੀਂ ਹਸੜਾ ਨਹੀਂ ਸੀ ਬੋਲਦਾ? ਅੱਛਾ ਜਿਹੜਾ ਖੋਤਾ ਹੁੰਦਾ ਬੂਟਾ ਜੀ? ਹਾਂਜੀ। ਇਹ ਜਾਇਜ਼ ਹੈ ਜੀ ਕੁਰਬਾਨੀ ਵੈਸੇ ਕਿ? ਤੁਹਾਨੂੰ ਦੱਸਾਂ ਖੋਤਾ ਜਿਹੜਾ ਨਾ ਜੀ ਜੀ ਅੰਬੀਆ ਜੀ ਸਵਾੜੀ ਹੈ। ਅੱਛਾ ਅੱਛਾ ਖੋਤਾ ਆਰਾਮ ਨਹੀਂ ਹੈਗਾ, ਖੋਤਾ ਮਕਰੂ ਆ। ਯਾਨੀ ਕੁਰਬਾਨੀ ਤਾਂ ਨਹੀਂ ਨਾ ਕਰ ਸਕਦੇ? ਕੁਰਬਾਨੀ ਨਹੀਂ ਕਰ ਸਕਦੇ, ਮਕਰੂ ਜਾਨਵਰ ਦੀ ਕੁਰਬਾਨੀ ਨਹੀਂ। ਉਹ ਤਾਂ ਖਾ ਸਕਦੇ ਮਤਲਬ ਸਾਰਾ ਲੋੜ ਖਾ ਗਿਆ ਖੋਤਾ। ਅੱਛਾ ਤੁਸੀਂ ਜਿਹੜਾ 42 ਦਾ ਲਿਆ? ਹਾਂਜੀ। ਉਹ ਚੰਗੀ ਤਰ੍ਹਾਂ ਚੈੱਕ ਕਰ ਲਿਆ ਸੀ ਖੋਤਾ ਹੀ ਸੀ ਨਾ? ਸਾਰਾ ਬੱਕਰਾ ਸੀ, ਪਿਓਰ ਬੱਕਰਾ ਸੀ। ਅੱਛਾ ਔਰ ਜੇਲਮ ਦਾ ਬੱਕਰਾ ਸੀ? ਜੇਲਮ? ਹਾਂਜੀ।
ਸਰੈਕੀ ਬੋਲਦਾ ਸੀ? ਨਹੀਂ ਸਰ, ਜੇਲਮ ਚ ਸਰੈਕੀ ਨਹੀਂ, ਪੋਟੋਹਾਰੀ ਬੋਲੀ ਜਾਂਦੀ ਹੈ। ਲੇਕਿਨ ਉਹ ਬੱਕਰਾ ਜਿਹੜਾ ਬੰਦੇ ਜਿਹੜਾ ਬੱਕਰਾ ਸੀ, ਮੇਰੇ ਬੱਕਰੇ ਨੂੰ ਮੇਰੇ ਇਲਾਕੇ ਦਾ SHO ਵੀ ਵੇਖਣ ਆਇਆ, DSP ਵੀ ਵੇਖਣ ਆਇਆ। ਅੱਛਾ ਅੱਛਾ, ਚੋਰੀ ਚੋਰੀ ਦਾ ਉਹਨਾਂ ਨੂੰ ਸ਼ੱਕ ਹੋਣਾ ਕਿ ਚੋਰੀ ਨਾ ਕੀਤਾ ਹੋਵੇ? ਨਹੀਂ ਸਰ। ਯਾਰ ਬੰਦੇ ਜਿੱਡਾ ਤੇ ਬੱਕਰਾ ਹੁੰਦਾ ਹੀ ਨਹੀਂ ਸੱਚ। ਹੁੰਦਾ ਤੁਹਾਨੂੰ ਪਤਾ ਹੀ ਨਹੀਂ। ਅੱਛਾ, ਕੋਈ ਛੋਟੇ ਖਾਤੇ ਬੰਦੇ ਜਿੱਡਾ ਹੋਣਾ? ਨਾ, ਕੋਡੂ ਜਿੱਡਾ। ਹਾਂ ਚਲੋ, ਕੋਡੂ ਜਿੱਡਾ। ਖੋਤੇ ਦਾ ਜ਼ਿਕਰ ਬੂਟਾ ਜੀ ਕੁਮਾਰ ਸਾਨੂੰ ਨੇ ਆਪਣੇ ਗਾਣੇ 'ਚ ਕੀਤਾ, ਪਿਆਰ ਮੇ ਅਕਸਰ ਐਸਾ ਹੋਤਾ ਹੈ ਕੋਈ ਪਾਤਾ ਹੈ ਕੋਈ ਖੋਤਾ ਹੈ। ਯਾਰ ਉਹ ਖੋਤਾ ਗਵਾਚੇ ਵਾਲਾ ਹੁੰਦਾ। ਯਾਰ ਉਹ ਕਹਿੰਦੇ ਨੀ ਜੋ ਪਾਤਾ ਹੈ ਵੋਹੀ ਖੋਤਾ ਹੈ, ਹਨਾ? ਖੋਤਾ ਖੋਤਾ ਹੀ ਹੁੰਦਾ ਯਾਰ। ਚਲੋ ਯਾਰ ਜਾਓ। ਨਹੀਂ ਨਹੀਂ, ਮੈਂ ਕਹਿ ਰਿਹਾ ਅਗਰ ਮੇਰੇ ਕੋਲੋਂ ਕੱਲ ਗਲਤੀ ਦੇ ਨਾਲ ਖੋਤਾ ਹੋ ਗਿਆ ਹੋਵੇ ਜ਼ਿਬਾ ਤੇ, ਅੱਛਾ, ਤੇ ਉਹ ਮੇਰੀ ਜਿਹੜੀ ਕੁਰਬਾਨੀ ਹੈ ਨਾ ਉਹ ਤੇ ਜਾਇਦ ਹੋਏਗੀ ਕਿ ਨਹੀਂ? ਤੁਹਾਡੀ ਕੁਰਬਾਨੀ ਜਾਇਜ਼ ਹੋ ਗਈ ਬੇਟਾ, ਮੇਰੇ ਲੋ ਹੋ ਗਈ ਆ, ਬਾਕੀ ਅੱਗੋਂ ਪੁੱਛ ਲਈ ਉੱਤੇ ਜਾ ਕੇ। ਹਾਲੇ ਮੈਂ ਪ੍ਰੋਗਰਾਮ ਦਾ ਇਬਤਦਾਈਆ ਵੀ ਨਹੀਂ ਸ਼ੁਰੂ ਕੀਤਾ ਤੇ ਮੈਨੂੰ ਚੌਥੀ ਕਾਲ ਆ ਗਈ ਇਹ। ਅੱਛਾ, ਖੋਤਾ ਮੈਂ ਕਰ ਲਿਆ, ਸਿਰੀ ਭੇਜਾਂ ਉਹਦੀ ਬੂਟਾ ਜੀ? ਨਹੀਂ, ਬੜੀ ਮਿਹਰਬਾਨੀ। ਉਹਦੀ ਜ਼ਬਾਨ ਬੰਦ, ਉਹਦੇ ਚੋਂ ਬੋਟੀਆਂ ਬਹੁਤ ਬਹੁਤ ਵੱਡੀਆਂ ਨਿਕਲੀਆਂ ਬੂਟਾ ਜੀ। ਹਾਂਜੀ, ਔਰ ਛੋਟੀ ਉਮਰ ਦਾ ਖੋਤਾ ਸੀ, ਬੜਾ ਨਰਮ ਜਿਹਾ ਗੋਸ਼ਤ ਆ ਉਹਦਾ। ਅੱਛਾ, ਹਾਂਜੀ ਹਾਂਜੀ। ਉਹਦਾ ਇੱਕੋ ਹੀ ਨੁਕਸਾਨ ਆ ਕਿ ਉਹਦਾ ਗੋਸ਼ਤ ਖਾ ਕੇ ਨਾ ਤੁਸੀਂ ਸਿਰਫ ਆਪਣਾ ਮਾਲਕ ਲੱਭਦੇ ਫਿਰਨਾ ਬਸ, ਕਿ ਮੇਰਾ ਮਾਲਕ ਕਿੱਥੇ ਹੈ, ਮੇਰੀ ਰੇੜੀ ਕਿੱਥੇ। ਲੈਦਾ ਕੱਢਿਆ ਮੈਂ, ਉਹ ਕਹੋ ਭੇਜਾਂ? ਨਹੀਂ, ਮੈਨੂੰ ਨਹੀਂ ਚਾਹੀਦਾ ਯਾਰ। ਚਲੋ ਮਰਜ਼ੀ ਤੁਹਾਡੀ ਜਨਾਬ, ਬਾਕੀ ਮੈਂ ਤੁਹਾਨੂੰ ਆਪਣੀ ਖੁਸ਼ੀ ਨਾਲ ਭੇਜਦਾ ਜਨਾਬ, ਉਹਦੀ ਖੋਤੇ ਦੀ ਦਸਤੀ ਦਾ ਗੋਸ਼ਤ ਭੇਜਦਾ ਜਨਾਬ ਤੁਹਾਨੂੰ। ਅੱਛਾ ਜੀ, ਔਰ ਦਸਤੀ ਭੇਜਦਾ ਦੇਖਣਾ ਤਰਾ। ਠੀਕ ਆ ਜੀ, ਖੁਦਾ ਹਾਫਿਜ਼ ਜੀ, ਖੁਦਾ ਹਾਫਿਜ਼। ਬੜੀ ਮਿਹਰਬਾਨੀ, ਓਕੇ ਜੀ ਬੂਟਾ, ਅਸਲਾਮ ਵਾਲੇਕੁਮ। ਨਾ ਜੀ, ਮਾੜੇ ਸਾਥ ਹੀ ਰਹੀਏਗਾ, ਇੱਕ ਛੋਟਾ ਸਾ ਵਕਫਾ। ਪ੍ਰੋਡਿਊਸਰ ਸਾਹਿਬ ਸੇ ਦਰਖਾਸਤ ਹੈ ਕਿ ਇਸ ਕਿਸਮ ਕੀ ਬੌਂਗੀ ਕਾਲੇ ਮਤ ਲਿਆ ਕੀਜੀਏ, ਪ੍ਰੋਗਰਾਮ ਮੈਂ ਸ਼ੁਰੂ ਕਰਨਾ ਹੈ, ਅਬ ਕੋਈ ਕਾਲ ਨਾ ਲੀਜੀਏ, ਮੈਂ ਤਾਂ ਜੋ ਹੈ ਨਾ ਉਹ ਪ੍ਰੋਗਰਾਮ ਵਰਨਾ ਸ਼ੁਰੂ ਨਹੀਂ ਹੋਗਾ। ਅਸਲਾਮ ਵਾਲੇਕੁਮ ਨਾਜ਼ਰੀਨ, ਈਦ ਮੁਬਾਰਕ। ਔਰ ਪ੍ਰੋਗਰਾਮ 'ਚ ਪਹਿਲੇ ਮੈਂ ਆਪਕੋ ਬਤਾ ਦੂੰ ਕਿ ਕੁਰਬਾਨੀ ਜੋ ਹੈ 1947 ਮੈਂ ਬੜੀ ਦੀ ਹੈ ਲੋਕਾਂ ਨੇ, ਤੋ ਵੈਸੇ ਵੀ ਬੜੇ ਆਰਟਿਸਟ ਨਾਜ਼ਰੀਨ ਮਰ ਰਹੇ ਹੈ, ਦੇਖੇ ਆਪ ਮਾਈਕਲ ਜੈਕਸਨ ਵੀ ਮਰ ਗਿਆ, ਉਸਕੇ ਬਾਅਦ ਸਿਰਫ ਮੈਂ ਹੀ ਰਹਿ ਗਿਆ ਹੂੰ ਬਸ ਕਲਾ ਡਾਂਸਰ ਕੀ ਦੁਨੀਆ। ਹੈਲੋ, ਹਾਓ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ, ਮੁਬਾਰਕ ਹੋਵੇ ਜੀ ਬੂਟਾ ਜੀ, ਬਹੁਤ ਬਹੁਤ ਤੁਹਾਨੂੰ, ਅਤੇ ਖੁਸ਼ੀ ਹੋਈ ਕਿ ਤੁਸੀਂ ਐਰਕੀ ਤੇ ਵੀ ਜ਼ਿੰਦਾ ਹੀ ਤੁਰੇ ਫਿਰਦੇ ਜੀ। ਨਹੀਂ, ਮੈਂ ਮਰ ਗਿਆ ਵਾਂ, ਮੈਂ ਵੈਸੇ ਸਟੇ ਲਿਆ। ਬਸ ਫਿਰ ਸਟੇ ਵਿਦ ਮੀ, ਬਲਕਿ ਸਟੇ ਵਿਦ ਅਸ, ਅਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ ਕੋਲ, ਅਸ ਵੀ ਅਸ ਜ਼ਿਆਦਾ ਬਾਤ ਨਹੀਂ ਚੀਫ ਸਾਹਿਬ, ਸਟੇ ਵਿਦ ਅਸ। ਅੱਛਾ ਬੂਟਾ ਜੀ, ਇਹ ਦੱਸੋ ਵੀ ਦੂਸਰੇ ਦਿਨ ਵੀ ਕੁਰਬਾਨੀ ਖਰੀਦ ਕੇ ਕਰ ਸਕਦੇ ਨਾ, ਖਰੀਦੀ ਜਾ ਸਕਦੀ? ਤੀਸਰੇ ਦਿਨ ਵੀ ਖਰੀਦੀ ਜਾ ਸਕਦੀ। ਅੱਛਾ ਚਲੋ, ਇਹ ਦੱਸੋ ਵੀ ਮੈਂ ਚੱਲਾਂ ਸਾ ਬੂਟਾ ਜੀ ਬੱਕਰਾ ਖਰੀਦਣ, ਅਤੇ ਮੈਂ ਕਿਹਾ ਕਿਸੇ ਸਿਆਣੇ ਨੂੰ ਪੁੱਛ ਲਵਾਂ ਵੀ ਕੀ ਦੇਖੀ ਦਾ ਬੱਕਰਾ ਲੈਣ ਲੱਗਿਆ, ਕਿਹੜੀ ਕਿਹੜੀ ਚੀਜ਼ ਦੇਖੀ ਦੀ, ਕੀ ਕਿਸ ਕਿਸਮ ਦਾ ਹੋਵੇ, ਕਿੰਨੀ ਉਮਰ ਦਾ ਹੋਵੇ। ਉਹ ਯਾਰ ਜਿਹੜਾ ਹੁੰਦਾ ਬੱਕਰੇ ਬੱਕਰੋ, ਤੇ ਯਾਰ ਈਦ ਵਾਲੇ ਦਿਨ, ਹੁਣ ਈਦ ਵਾਲੇ ਦਿਨ ਨਾਲ ਗੱਲ ਕਰੀਏ ਬੱਕਰਿਆਂ ਦੀ, ਤੇ ਕਿਹਦੀ ਕਰੀਏ ਹੁਣ? ਕੀ ਪੁੱਛਾਂ ਵੀ ਲਿਆਕਤ ਅਲੀ ਖਾਂ ਕਦੋਂ ਸ਼ਹੀਦ ਹੋਏ ਸੀ, ਈਦ ਵਾਲੇ ਦਿਨ ਇਹ ਪੁੱਛ ਲਵਾਂ, ਜਾਂ ਇਹ ਪੁੱਛਾਂ ਵੀ 100 ਦਾ ਬੈਲੈਂਸ ਕਰਾਓ ਤੇ 75 ਹੁੰਦੇ, 25 ਕਿਹਦੇ ਖਾਤੇ 'ਚ ਜਾਂਦੇ, ਇਹ ਦੱਸ ਦਿਓ। ਅਜੀਬ ਗੱਲ ਆ, ਜ਼ਖਮੀ ਨਾ ਹੋ। ਅੱਛਾ, ਅਪਾਹਜ ਨਾ ਹੋ। ਠੀਕ, ਹੋ ਹੀ ਨਾ। ਅੱਛਾ, ਤੇ ਉਹ ਇੱਕ ਦੋਂਦੇ ਵਾਲਾ ਵੀ ਹੁੰਦਾ, ਦੋਂਦਾ ਵੀ ਹੋਵੇ ਕਹਿੰਦੇ ਨੇ, ਦੋਂਦਾ, ਹਨਾ? ਹਾਂ ਹਾਂ, ਹਾਂਜੀ, ਦੋਂਦਾ ਹੋ। ਅੱਛਾ ਠੀਕ ਹੈ, ਦੋ ਦੰਦ ਹੋਣ। ਅੱਛਾ ਠੀਕ ਆ, ਉੱਚੀ ਸੁਣਦਾ ਹੋਵੇ ਥੋੜਾ ਜਿਹਾ, ਹੈਂਡ ਫਰੀ ਲਾ ਕੇ ਚੈੱਕ ਕਰ ਲਈ। ਅੱਛਾ ਠੀਕ ਹੈ, ਜਵਾਨ ਹੋ। ਓਕੇ, ਠੀਕ ਹੋ ਗਿਆ ਬਸ। ਤੇ ਜੇ ਸਾਰੀਆਂ ਚੀਜ਼ਾਂ ਹੋਣ ਉਹਦੇ 'ਚ, ਤੇ ਉਹ ਬੱਕਰਾ ਨਾ ਹੋਵੇ, ਦੌੜ। ਹਾਂਜੀ, ਤੇ ਬੂਟਾ ਜੀ ਜੇ ਚੌਗਾ ਹੋਵੇ, ਯਾਨੀ ਥੋੜੀ ਜ਼ਿਆਦਾ ਉਮਰ, 4 ਦੰਦ ਨਿਕਲੇ ਹੋਣ ਬਾਹਰ, ਉਹ ਮੈਨੂੰ ਨਹੀਂ ਪਤਾ ਕਿਆ ਹੁੰਦਾ ਯਾਰ। ਜਿੱਦਾਂ ਦੇਖਦੇ ਨੀ ਹੁੰਦੇ ਕਈ ਬੱਕਰਿਆਂ ਦੇ ਦੰਦ ਚੈੱਕ ਕਰ ਰਹੇ ਹੁੰਦੇ, ਪਤਾ ਨੀ ਕਿ ਇਹਨੇ ਬੁਰਸ਼ ਵੀ ਕੀਤਾ ਕਿ ਨਹੀਂ ਕੀਤਾ। ਅਗਰ ਨਾ ਉਸਨੇ ਬੁਰਸ਼ ਕੀਆ ਤਾਂ ਆਪ ਕਢਵਾ ਲੈ। ਹਾਂ, ਇਹ ਵੀ ਗੱਲ ਤੁਹਾਡੀ ਸਹੀ, ਸਾਫ਼ ਸੁਥਰਾ ਜਾ। ਆ ਇੱਕ ਟੂਥ ਬੁਰਸ਼ ਹੁੰਦਾ ਨਾ, ਤੁਸੀਂ ਗੋਟ ਬੁਰਸ਼ ਲੈ ਲੈਣਾ। ਠੀਕ ਹੈ, ਓਕੇ ਹੋ ਗਿਆ ਜੀ। ਤੇ ਜੇ ਪੈਸੇ ਨਾ ਹੋਣ ਬੱਕਰਾ ਲੈਣ ਦੇ ਤੇ? ਯਾਰ ਪੈਸੇ ਨਹੀਂ ਤਾਂ ਅੰਬ ਲੈਣ ਜਾਣਾ ਉੱਥੇ, ਮੇਰੇ ਪ੍ਰੋਗਰਾਮ ਮੈਂ ਯਾਰ, ਇਹ ਵਿਕਟਮ ਲੜਕੀ ਆਈ ਯਾਰ, ਅਸੀਂ ਜਿਹੜੀ ਗੱਲ ਕਰ, ਇਧਰਲਾ ਸੋਫਾ ਵੀ ਖਾਲੀ ਪਿਆ ਯਾਰ। ਉਹ ਯਾਰ ਅਜੀਤ ਦਾ ਦੇਣਾ ਯਾਰ, ਤੁਸੀਂ ਫੇਰ ਆਪਣੇ ਉਹੀ ਸਾਰੇ ਰੌਲੇ ਜਿਹੜੇ ਤੁਸੀਂ ਬੁਲਾ ਕੇ ਬਹਿ ਗਏ ਜੀ। ਬਾਬਾ ਮੈਂ ਕਿਆ ਕਰੂੰ, ਮੈਂ ਕਿਆ ਕਰੂੰ, ਕਿਆ ਕਰੂੰ ਮੈਂ, ਕਿਆ ਕਰੂੰ ਰਾਮ, ਮੁਝੇ ਬੁੱਢਾ ਮਿਲ ਗਿਆ, ਅਗਲੇ ਹਫਤੇ ਬੁਲਾ ਲੈਂਦੇ ਯਾਰ। ਯਾਰ ਮੇਰਾ ਮਸਲਾ, ਮੇਰਾ ਪ੍ਰੋਗਰਾਮ, ਤੂੰ ਆਪਣੀ ਜਿਹੜੀਆਂ ਚਵਲਾਂ ਚੋਲਾਂ ਮਾਰੀਆਂ ਮਾਰ ਕੇ ਜਾ ਯਾਰ।
अच्छा यार गल है कि मेरे को 13,000 रुपया यार मैनू दस के बकरा मैनू कि मिलेगा। 13,000 की तेन दोंदी बिल्ली मिलनी है ਉਹ ਵੀ ਕੋਈ ਆਮ ਜਿਹੀ ਬਸ ਯਾਰ 13,000 ਬੜੀ ਰਕਮ ਹੁੰਦੀ ਹੈ। ਨਹੀਂ ਭਾਈ ਨਹੀਂ ਭਾਈ ਨਹੀਂ ਭਾਈ ਫਿਰ ਮੈਂ ਕੀ ਲਵਾਂ? ਤੂੰ ਇਦਾਂ ਕਰ ਇੱਕ ਅੱਧਾ ਲੈ ਲਾ ਅੰਬਰੇਲਾ ਹੈ ਜਾਨੀ ਛਤਰਾ ਜਰਾ ਬਾ 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 ਉਹ ਯਾਰ ਅੰਬਰੇਲਾ ਉਹ ਛਤਰੀ ਹੁੰਦੀ ਹੈ ਯਾਰ ਅੰਬਰੇਲਾ ਛਤਰਾ ਨਹੀਂ ਹੁੰਦਾ ਅੰਬਰੇਲਾ ਛਤਰੀ ਉਹ ਛਤਰੇ ਕੋ ਕਹਤੇ ਆ ਯਾਰ ਕੋਈ ਦੱਸੋ ਯਾਰ ਹਾਂਜੀ ਅੱਛਾ ਰਾਤ ਦੇ 12-1 ਵਜੇ ਕੁਰਬਾਨੀ ਹੋ ਜਾਂਦੀ ਅੱਧੀ ਰਾਤ ਨੂੰ ਕੋਈ ਉਹ ਯਾਰ ਨਹੀਂ ਹੁੰਦੀ ਕਿਛ ਮੌਲਵੀ ਨੂੰ ਜਾ ਕੇ ਪੁੱਛ ਯਾਰ ਮੈਨੂੰ ਇਹਨਾਂ ਗੱਲਾਂ ਦਾ ਕੀ ਪਤਾ अच्छा चलो ओजरी मैं पकानी है कल अच्छा ओजरी मैं भेजांगा तुहानू बस साडे पूरे खानदान मशहूर आ साडे घर दी ओजरी बहुत मशहूर आ ओजरी ना भेजी ए जड़ी भेज दी नहीं नहीं ओजरी भेजांगा ओजरी दुआ करना ओदे अंदरों निकल आए सही ओजरी अच्छा जी ठीक ठीक है जी अच्छा जी बहुत मेहरबानी बूटा जी अल्लाह हाफिज़ जी बहुत शुक्रिया जी प्रोड्यूसर साहब मेरे हाल च कोई तरस खा तेरी मेहरबानी आ इंज कितने विच कालां दे जाना मेरे को ना इंटरव्यू दिता जाता ना मेहमान का कुछ दस मैं रात तो 12 बज जाने मैनू इत्थे बूटा जी जय मैं बहुत परेशान हाँ लो फिर उन्होंने कॉल दे दी बूटा जी सारा बेड़ा गर्क हो गया मेरी कुर्बानी का भी हो गया खुदा आपका भी बेड़ा गर्क करे आप मेरे प्रोग्राम का बेड़ा गर्क कर रहे हैं बूटा जी मैं मनीर बोल रहा हूँ बूटा जी गल सुन लो मेरी जी जलील हो गया कल सुबह 8:30 बजे का कसाई छुरी फिर के गया बकरे नू रात दे 10:15 बज गए ने जी ते वापस नहीं आया अच्छा जी जिथे ओ छुरी फेर के गया सी मैं ओते नीटो दी टेप करके दोबारा ओनू जोड़ के रख लिया फिलहाल अच्छा बूटा जी मैं ओनू ना घसीट के ना फिर अज सवेरे गेट दी पिछली साइड ते ना ओदा खून शून साफ करके ते जनाब ओनू ना रख दिता अच्छा ओदे उत्ते मैं कपड़ा पाता बोरी टैप अच्छा ताकि दूरों इंज लगे जे बैठा ही है सामने ओदे मैं वड्डी LCD ला के ना बूटा जी ओदे ते चूड़ियां फिल्म लाती है मैं कह लोकी समझन बकरा बैठा भाई मेरे तुके पहले मैं कल आप ओदी खल लाउन दी कोशिश कीती मेरे को टक लग गए लत्थी नहीं मैं कुछ मैं डर भी गया थोड़ा जिहा मैं फिर ओनू साइड ते लाता छोटे स्टैंड ते तो यार इसमें मेरा क्या कसूर है बूटा जी मैं फिर एक तरीका जड़ा ओना अपना लिया तो मैं दसदा 5,000 रुपया भी मैं कसाई नू दिता जनाब कुर्बानी आपको एक बात बताऊं जी जी आपकी कुर्बानी जाया नहीं होती अच्छा जी हाँ जी बकरे को इसी तरह जिबा हालत में रक्षे में रखे ठीक है जी और उसे जिबा खाने ले जाए वहाँ आपको वन सवन्य कसाई मिलेंगे बड़े आला आला किस्म के वो खुद ही उसको सारा गोश्त करके दे देंगे वो उसको काट के नहीं नहीं वो तुसी मेरी गल नहीं सुनी मैं तुम दसन लगा सा कि मैं की कीता मैं ओदी खल दे विचों ना एक कोई 5-6 इंच दा मोरा कर लिया वो मैं टोया जड़ा पा लिया कोई गल नहीं विचों गोश्त कर लेंगे चलो ठीक है हाँ यतीम खाने ले जाए वो उसका खुद ही सारा बंदोबस्त आप ही कर लेंगे नहीं वो हुण जान जो कर रहा ही नहीं बूटा जी क्योंकि मैं तुम दसिया मैं ओदी को 4-5 इंच 6 इंच जगह दे खल जिहड़ी उपर पुट के ना हाँ जी ओ मैं जनाब ओदे विचों हुण घर पकाउणा भी सी कुछ परौणे भी आए सी मैं विच बुक्का भर भर के ना विचों ओ जिन्ना कि निकलदा ना मैं ओदा गोश्त विचों कढ लिया ओदा ओ काफी खाली हो गया विचों मतलब के ना एवें ते हुण फायदा कोई नहीं तो फिर आप मुझसे क्या चाहते हैं मैं क्या करूं मैं तेरे नाल दुख शेयर कर रहा हूं बूटा जी ओ बाबा तू मेरे को दुख शेयर तुसी कर रहे हो मैं भी बच्ची बैठी आई मैं इदा दुख शेयर कोई करना या सुके दो ना मैं जरा ओ प्रोग्राम नहीं शुरू होन दिया बेचारे धरे उदा ही बैठे सी अच्छा जी ते इदा ते मेरा प्रोग्राम रात ते 2 बजे तक चलदा रहेगा कालां ते मुकड़ियां नहीं इदा इना दा मैं की करांगा को कख नहीं रहना ਉਤੋਂ ਤੁਸੀਂ ਕੱਖ ਰਹਿਣ ਵੀ ਨਹੀਂ ਦੇਣਾ ਮੈਨੂੰ ਨਜ਼ਰ ਆ ਰਿਹਾ ਕੁਛ ਕੁਛ ਮਰਜ਼ੀ ਹੈ ਬੂਟਾ ਜੀ ਚਲੋ ਠੀਕ ਹੈ ਬੂਟਾ ਜੀ ਪਰ ਹਾਂਜੀ ਇੱਕ ਮੈਸੇਜ ਮੇਰੇ ਵੱਲੋਂ ਸਿਰਫ ਦੇ ਦੇਣਾ ਉਸ ਕਸਾਈ ਨੂੰ ਪ੍ਰੋਗਰਾਮ ਜੇ ਕਿਤੇ ਵੇਖਦਾ ਹੋਇਆ ਤੇ ਉਹਨੂੰ ਕਹਿ ਦੇਣਾ ਕਿ ਇਨਸ਼ਾਅੱਲਾ ਉਹਦਾ ਬੇੜਾ ਗਰਕ ਹੋਣਾ ਉਹਦੇ ਜਿੱਦਾਂ ਉਹਨੇ ਮੇਰੇ ਬੱਕਰੇ ਨਾਲ ਕੀਤਾ ਇਦਾਂ ਹੀ ਉਹਨੇ ਮਰਨਾ ਵੇਖਣਾ ਤੁਸੀਂ ਇਜਤਮਾਈ ਜ਼ਿਆਦਤੀ ਕੀਤੀ ਉਹਨੇ ਮੇਰੇ ਬੱਕਰੇ ਇਜਤਮਾਈ ਜ਼ਿਆਦਤੀ ਹਾਂਜੀ ਕੀ ਮਤਲਬ 4 ਜਣੇ ਸੀ ਬੂਟਾ ਜੀ ਅੱਛਾ ਅੱਛਾ ਇੱਕ ਨੇ ਛੁਰੀ ਫੇਰੀ ਦੋ ਨੇ ਲੱਤਾਂ ਗਲੀਆਂ ਦੋ ਨੇ ਪਿਛਲੀਆਂ ਫੜੀਆਂ ਇੱਕ ਨੇ ਮੇਰੇ ਕੋ 4,000 ਫੜਿਆ ਅੱਖਾਂ ਵੀ ਖੁੱਲੀਆਂ ਨੇ ਬੱਕਰੇ ਦੀਆਂ ਹਲੇ ਤੱਕ ਉਹ ਦੀ ਰਾਹ ਤੱਕ ਰਿਹਾ ਨਾ ਕਸਾਈ ਦੀ ਹਾਂਜੀ ਸਹੀ ਗੱਲ ਆ ਮੈਂ LCD ਲਾਈ ਇੰਜ ਲੱਗਦਾ ਜਿਵੇਂ ਫਿਲਮ ਹੀ ਵੇਖ ਰਿਹਾ ਆ ਚੂੜੀਆਂ ਮੈਂ ਵੀ 4-5 ਵਾਰੀ ਵੇਖੀ ਹਾਂਜੀ ਹਾਂਜੀ ਅੱਛਾ ਮੈਂ ਬੂਟਾ ਇੱਕ ਕੰਮ ਕਰਦਾ ਕਿ ਮੈਂ ਕਸਾਈ ਕੋ ਜੋ ਲੈ ਕੇ ਜਾਣਾ ਤੇ ਮੈਂ ਜਿੱਥੇ ਮੋਰਾ ਕੀਤਾ ਉੱਥੋਂ ਸਾਰਾ ਉਹਦਾ ਗੋਸ਼ਤ ਖਿੱਚ ਲੈਣਾ ਪਿੱਛੇ ਕੱਲੀ ਖਲ ਰਹਿ ਜੇਗੀ ਬਸ ਐ ਨਹੀਂ ਸਹੀ ਐ ਵੀ ਸਹੀ ਆ ਚਲੋ ਠੀਕ ਆ
ਵੈਸੇ ਕੋਈ 5-7 ਕਿਲੋ ਤਾਂ ਮੈਂ ਖਿੱਚ ਲਿਆ। ਮੈਂ ਥੋੜ੍ਹਾ ਜਿਹਾ ਜ਼ਰਾ ਬਾਹਾਂ ਲੰਮੀਆਂ ਕਰਕੇ ਹੱਥ ਲੰਮਾ ਕਰਕੇ ਅੱਗੇ ਤੱਕ ਵੀ ਹੱਥ ਪਾ ਕੇ ਬਾਕੀ ਵੀ ਜਿਹੜਾ ਨਾ ਹੌਲੀ ਹੌਲੀ ਕੋਸ਼ਿਸ਼ ਕਰਦਾ। ਚਲੋ ਠੀਕ ਆ ਬੂਟਾ ਜੀ। ਉਹ ਯਾਰ ਗੱਲ ਸੁਣੀ। ਕੀ ਹੋਇਆ ਜੀ? ਜੋ ਮਰਜ਼ੀ ਹੋਇਆ ਤੈਨੂੰ ਕੋਈ ਤਕਲੀਫ ਆ? ਨਹੀਂ ਤਾਂ ਬਾਤ ਕਿਹਨੂੰ ਮਾਰ ਰਹੇ ਜੇ? ਆ ਚਾਹ ਲੈਣ ਨੂੰ ਬੁਲਾ ਰਹੇ ਮੁੰਡੇ। ਅੱਛਾ ਤੁਹਾਨੂੰ ਚਾਹਵਾਂ ਸੁੱਜਣ ਦਈਆਂ ਨੇ। ਚਲੋ ਠੀਕ ਆ ਬੂਟਾ ਜੀ, ਬੜੀ ਮਿਹਰਬਾਨੀ ਤੁਹਾਡੀ। ਅੱਛਾ ਚਲੋ ਅੱਗੇ ਆਵੋ ਜੀ। ਕੁਰਬਾਨੀ ਜਾਇਜ਼ ਤੇ ਹੋ ਗਈ ਹੈ ਨਾ ਮੇਰੀ? ਉਹ ਤਾਂ ਬਿਲਕੁਲ ਮੈਨੂੰ ਨਹੀਂ ਪਤਾ। ਚਲੋ ਠੀਕ ਹੈ। ਜਿਹੜਾ ਤੁਸੀਂ ਗੋਸ਼ਤ ਵਿੱਚੋਂ ਕਿਸ਼ਤਾਂ 'ਤੇ ਕੱਢ ਕੱਢ ਖਾ ਰਹੇ ਹੋ। ਹਾਂਜੀ ਹਾਂਜੀ। ਕੁਰਬਾਨੀ 'ਤੇ ਨਹੀਂ ਜੀ, ਉਹ ਮੈਂ ਉਹਦੀ ਪੁੱਠ ਦੇ ਕੋਲ ਪਿੱਛੇ ਇੱਕ ਮੋਰਾ ਹੀ ਪਾ ਲਿਆ ਜੀ। ਪਹਿਲੇ ਤਾਂ ਇਕੱਲਾ ਹੱਥ ਵੜਦਾ ਸੀ, ਹੁਣ ਜ਼ਰਾ ਕੋਹਣੀ ਕੁ ਤੱਕ ਚਲੀ ਜਾਂਦੀ ਬਾਂਹ, ਇੰਨਾ ਕੁ ਮੈਂ ਵਿਹਲਾ ਕਰ ਲਿਆ ਅੰਦਰੋਂ। ਕੱਲ੍ਹ ਤੱਕ ਮੇਰੇ ਮੋਢੇ ਤੱਕ ਬਾਂਹ ਅੰਦਰ ਚਲੀ ਗਈ, ਉਹਦੀ ਮੈਂ ਧੌਣ ਦਾ ਗੋਸ਼ਤ ਵੀ ਖਿੱਚ ਲੈਣਾ ਸਰ। ਹੁਣ ਟੈਲੀਫੋਨ ਬੰਦ ਕਰ ਦਿਓ, ਮੈਂ ਕੋਈ ਪ੍ਰੋਗਰਾਮ ਕਰ ਲਵਾਂ। ਹਾਂਜੀ ਕਰ ਲਓ ਭਾਜੀ। ਓਕੇ ਜੀ, ਅੱਲਾ ਹਾਫਿਜ਼। ਨਾਜ਼ਰ ਜੀ, ਵਕਤ ਹੁਆ ਇੱਕ ਛੋਟੇ ਸੇ ਵਕਫੇ ਕਾ, ਮਿਲਤੇ ਹੈਂ ਇੱਕ ਛੋਟੇ ਸੇ ਵਕਫੇ ਕੇ ਬਾਅਦ। ਯਾਰ ਤੈਨੂੰ ਮੈਂ ਬੁਲਾਇਆ, ਤੂੰ ਗੱਲ ਹੀ ਨਹੀਂ ਸੁਣਦਾ। ਚਾਹ ਲਿਆ ਦੇ, ਪਾਣੀ ਲਿਆ ਦੇ। ਬੂਟਾ ਜੀ ਪ੍ਰੋਗਰਾਮ ਆਉਣ ਆ, ਵੈਲਕਮ ਬੈਕ ਵੀ ਨਹੀਂ ਕਿਹਾ ਤੁਸੀਂ? ਮੈਨੂੰ ਪਤਾ ਯਾਰ, ਤੂੰ ਚਾਹ ਲੈਣੂ ਖਾ ਜਾਣੀ, ਚੱਲੇ ਆਪਣੀ ਚਾਹ ਪੀਂਦੇ ਤੇ। ਬੂਟਾ ਜੀ ਆਉਣ ਆਰ ਜਾ ਰਹੇ ਹਾਂ, ਆਉਣ ਆਰ ਮੈਂ ਇੱਥੇ ਕਿ ਚੂੜਾ ਲੱਗਾ, ਮੈਂ ਨਾਲੀਆਂ ਕੱਢਣ ਆਉਣਾ। ਬੂਟਾ ਜੀ ਉਹ ਵੀ ਇਨਸਾਨ ਹੁੰਦੇ ਨੇ ਸਾਡੇ ਵਰਗੇ ਹੀ, ਉਹਨਾਂ ਦੀ ਵੀ ਇੱਜ਼ਤ ਸਾਡਾ ਫਰਜ਼ ਆ, ਇੰਜ ਦੀ ਨਹੀਂ ਗੱਲ ਕਰੀ ਦੀ ਹੁੰਦੀ। ਸੋਰੀ ਕਰੋ ਉਹਨਾਂ ਦੇ ਕੋਲੋਂ, ਚਲੋ ਜਲਦੀ ਕਰੋ। ਸੋਰੀ ਯਾਰ। ਵੈਲਕਮ ਬੈਕ ਨਾਜ਼ਰੇ, ਈਦ ਕਾ ਚੇਨਾ ਨਾਜ਼ਰੀਨ, ਚਾਹ ਕੇ ਬਗੈਰ ਹੀ ਪ੍ਰੋਗਰਾਮ ਸ਼ੁਰੂ ਹੋਗਾ। ਹੁਣ ਤਾਂ ਮੈਂ ਤਾਂ ਦੱਸਾਂਗਾ। ਬੂਟਾ ਜੀ ਇਹਦਾ ਵੀ ਵਿਚਾਰੀ ਦਾ ਕੁਛ ਕਰ ਲਓ, ਜਿਹੜੀ ਆਈ ਹੈ ਯਾਰ। ਉਹ ਯਾਰ ਮੈਂ ਤਾਂ ਕੰਨਾਂ 'ਚ ਉਹਦੀ ਗੱਲ, ਮੈਂ ਕਹਿੰਦੀ ਹੁਣ ਸਾਰੇ ਬੱਕਰਿਆਂ ਦਾ ਇੱਦਾਂ ਦਾ ਕੁਰਬਾਨੀ ਦਾ ਹੁਣ ਕੱਲ੍ਹ। ਹੈਲੋ ਬੂਟਾ ਜੀ, ਉਹ ਹੀ ਕੁੜੀ ਨਹੀਂ ਜਿਹੜੀ ਅੱਗੇ ਵੀ ਇੱਕ ਵਾਰੀ ਆਈ ਸੀ ਯਾਰ ਪ੍ਰੋਗਰਾਮ 'ਚ? ਹਾਂਜੀ ਹਾਂਜੀ। ਅਤੇ ਕੀ ਗੱਲ ਹੋਈ ਹੁਣ? ਇਹ ਫੇਰ ਘਰੋਂ ਆ ਗਈ। ਫੇਰ ਆ ਗਈ? ਹਾਂਜੀ। ਹੁਣ ਕਹਿੰਦੀ ਜੋ ਮਰਜ਼ੀ ਹੋ ਜਾਵੇ, ਮੈਂ ਵਾਪਸ ਨਹੀਂ ਜਾਣਾ। ਤੁਸੀਂ ਇਹਨੂੰ ਭੇਜਤਾ ਸੀ? ਮੈਂ ਇਹਨੂੰ ਇਹਦੇ ਮਾਂ ਪਿਓ ਦੇ ਨਾਲ ਭੇਜਿਆ ਸੀ। ਅਤੇ ਫੇਰ ਆ ਗਈ? ਫੇਰ ਵਾਪਸ ਆ ਗਈ। ਮੈਂ ਜਦੋਂ ਵੀ ਭੇਜਦਾ ਇਹਨੂੰ, ਇਹ ਵਾਪਸ ਆ ਜਾਂਦੀ। ਇਹ ਫੇਰ ਬੂਟਾ ਜੀ ਤੁਹਾਡੇ ਨਾਲ ਗਿੱਜ ਗਈ ਹੈ। ਇਹ ਬਿੱਲੀ? ਹਾਂਜੀ ਹਾਂਜੀ, ਉੱਦਾਂ ਜਿੱਦਾਂ ਬਿੱਲੀ ਨਹੀਂ ਗਿੱਜ ਜਾਂਦੀ। ਹਾਂ ਆ ਛੱਤਰੇ ਵੀ ਗਿੱਜਦੇ, ਛੱਤਰੇ ਬਹੁਤ ਗਿੱਜਦੇ ਨੇ। ਮੈਂ ਕੁਰਬਾਨੀਆਂ ਦੇ 10-15 ਦਿਨ ਪਹਿਲੇ ਛੱਤਰਾਂ ਲਿਆ, ਉਹ ਵੀ ਮੇਰੇ ਨਾਲ ਬਹੁਤ ਗਿੱਜ ਗਿਆ ਸੀ, ਯਕੀਨ ਕਰੋ। ਕਿਵੇਂ ਗਿੱਜ ਗਿਆ ਸੀ? ਉਹ ਬੂਟਾ ਜੀ ਐ ਮੈਨੂੰ ਉਹ ਹਿਸਾਬ ਲੱਗ ਰਿਹਾ, ਜਿਹੜਾ ਬਿੱਲੀ ਵਾਲਾ ਲਤੀਫਾ ਨੇ ਜਿਹੜਾ ਛੱਡ ਕੇ ਆਉਂਦਾ ਬਿੱਲੀ ਪਹਿਲੇ ਘਰ ਵਾਪਸ ਆ ਜਾਂਦੀ, ਇਹ ਉਹ ਹਿਸਾਬ ਆ, ਤੁਸੀਂ ਛੱਡ ਕੇ ਉਹਨੇ ਪਹਿਲੇ ਹੀ ਆ ਜਾਂਦੀ। ਇਹ ਮੈਂ ਸਮਝ ਹਿਸਾਬ ਲਾ ਲਿਆ ਮੈਂ। ਆਹੋ ਨਹੀਂ ਤੋ ਪਿਛਲੇ ਪ੍ਰੋਗਰਾਮ ਜਿਹੜਾ ਫੈਸਲਾਬਾਦ ਵਾਲਾ ਮੁੰਡਾ ਜਿਹਦੀ ਵਜ੍ਹਾ ਤੋਂ ਇਹ ਆਈ ਸੀ, ਉਹਦਾ ਉਹ ਕੀ ਬਣਿਆ? ਉਹ ਕਹਿੰਦਾ ਇੱਕ ਤੇ ਵੱਡੀ ਉਮਰ ਦੀ ਆ, ਦੂਸਰਾ ਉਹ ਕੁੜੀ ਨੇ। ਤੇ ਆ ਕੁੜੀ ਕਿੰਨੀ ਉਮਰ ਦੱਸਦੀ ਆਪਣੀ? 18 ਸਾਲ। ਉਹ ਜਾਣਦੇ ਯਾਰ, ਖੁਦਾ ਦਾ ਖੌਫ ਖਾ ਯਾਰ ਵਿਚਾਰੀ। ਯਾਰ ਤੁਹਾਡੇ ਕੋਲ ਹੁੰਦੀ ਆ ਨਾ ਬਾਰ ਬਾਰ ਤੁਹਾਡੇ ਕੋਲ? ਨਹੀਂ ਜੀ, ਸਾਡਾ ਚੈਨਲ ਇੱਥੇ ਆਈ ਹੈ ਮੇਰੇ ਕੋਲ, ਮੈਂ ਲੋਕਾਂ ਦੇ ਮਸਾਇਲ ਹੱਲ ਕਰਦਾ ਪਿਛਲੇ ਪ੍ਰੋਗਰਾਮਾਂ 'ਚ। ਅੱਛਾ, ਤੇ ਲੋਕ ਮੈਨੂੰ ਮਮ ਦਮਾ ਬਦਮ ਦਰਦੀ ਕਰਦੇ ਨੇ? ਨਹੀਂ, ਜਿੰਨੀ ਕੁ ਵਾਰੀ ਤੁਹਾਡੇ ਕੋਲ ਆ ਗਏ ਮੈਨੂੰ ਤਾਂ ਲੱਗ ਰਿਹਾ ਤੁਸੀਂ ਆਪਣੇ ਵੀ ਮਸਾਇਲ ਹੱਲ ਕਰ ਲੈਣੇ ਨੇ। ਆਪ ਕੋ ਬੂਝਨੇ ਕਿ ਕੋ ਬਿਮਾਰੀ ਹੈ? ਚਲੋ ਬੂਟਾ ਜੀ ਖੈਰ ਛੱਡੋ, ਈਦ ਦਾ ਦਿਨ ਤੁਹਾਨੂੰ ਮੁਬਾਰਕ ਹੋਵੇ ਜਨਾਬ। ਖੈਰ ਮੁਬਾਰਕ। ਔਰ ਮੈਂ ਵਿਚਾਰੀ ਦੇਖੋ ਯਾਰ, ਬਾਜੀ ਲੱਗਦੀ ਮੇਰੀ ਭੈਣ ਲੱਗਦੀ ਹੈ, ਲੇਕਿਨ ਸੂਟ ਵੀ ਕੋਈ ਨਹੀਂ ਪਾਇਆ ਈਦ ਦਾ। ਚਲੋ ਬੂਟਾ ਜੀ ਬਹਰਾਲ ਕੋਈ ਗੱਲ ਨਹੀਂ, ਮਜ਼ਾਕ ਦਾ ਦੇਣਾ, ਮੈਂ ਸਾਰਿਆਂ ਕੋ ਮਾਫੀ ਚਾਹੁੰਦਾ ਕੋ ਗੱਲ ਮੂੰਹ ਗਲਤ ਨਿਕਲ ਗਈ ਹੋਵੇ, ਤੇ ਇੰਟਰਟੇਨਮੈਂਟ ਦਾ ਪ੍ਰੋਗਰਾਮ ਹੈ ਇਸ ਤੋਂ ਜ਼ਰਾ। ਠੀਕ ਹੈ ਜੀ। ਹਾਂਜੀ ਕਾਲ ਕੀਤੀ, ਮਿਹਰਬਾਨੀ ਜਨਾਬ ਤੁਹਾਡੀ। ਅੱਲਾ ਹਾਫਿਜ਼। ਦੇਖੋ ਇਹਦਾ ਕੋਈ ਰਿਸ਼ਤਾ ਹੈ ਜੀ? ਇਹਦਾ ਕੋਈ ਰਿਸ਼ਤਾ ਰੁਸ਼ਤਾ ਦੇਖੋ। ਮੈਂ? ਹਾਂਜੀ। ਐਸ ਕੁੜੀ ਦਾ ਰਿਸ਼ਤਾ ਦੇਖਣਾ? ਆਹੋ ਜੀ, ਕੁੜੀ ਦਾ ਦੇਖਣਾ ਔਰ ਮੇਰਾ ਦੇਖਣਾ। ਅੱਛਾ ਇੱਕ ਹੋਰ ਵੈਸੇ ਗੱਲ ਹੁੰਦੀ ਹੈ। ਹਾਂਜੀ। ਅੱਛਾ ਇੱਕ ਤੇ ਇਹ ਵੀ ਗੱਲ ਆ ਕਿ ਯਾਰ, ਇੱਕ ਤੇ ਉਹ ਵਿਚਾਰੀ ਵੈਸੇ ਪਰੇਸ਼ਾਨ ਆ, ਉਤੋਂ ਤੁਸੀਂ ਕੋ ਥੋੜਾ ਬਹੁਤ ਉਹਦੇ ਮੂੰਹ ਤੇ ਕੋ ਖਰਚਾ ਕਰੋ ਯਾਰ, ਕੋ ਥੋੜਾ ਬਹੁਤ, ਮਤਲਬ ਚਲੋ ਵਿਚਾਰੀ ਨੂੰ ਕੋ ਥੋੜਾ ਸੁਰਖੀ ਪਾਊਡਰ ਮਾੜਾ ਮੋਟਾ ਕੋ, ਜਿਹੜਾ ਇੱਕ ਔਰਤ ਦੀ ਖੂਬਸੂਰਤੀ ਹੁੰਦੀ ਉਹ ਸਰੋਂ ਦਾ ਔਰਤ ਦਾ, ਤੁਸੀਂ ਬਿਲਕੁਲ ਹੀ ਉਹਦਾ ਕਾਲੇ ਸਾਬਣ ਨਾਲ ਜਿਹੜਾ ਕੱਪੜੇ ਧੋਣ ਵਾਲਾ ਉਹਦਾ ਮੂੰਹ ਧੋ ਕੇ ਉਹਦਾ ਲੈ ਆਉਂਦੇ ਜੇ ਯਾਰ, ਉਹਨੂੰ ਕੋ ਥੋੜਾ ਬਹੁਤ ਸਜਾਓ ਕੋ ਥੋੜਾ ਬਹੁਤ ਯਾਰ ਕੋ ਮੂੰਹ ਮੱਥੇ ਲੱਗੇ, ਈਦ ਦਾ ਦੇਣਾ ਯਾਰ ਕੋ ਕੱਪੜੇ ਹੀ ਲੈ ਦਿੰਦੇ ਉਹਨੂੰ ਚੰਗੇ ਯਾਰ ਕੋ ਤੁਸੀਂ ਉਹਨੂੰ। ਬੇਟਾ ਮੈਂ ਇਹਨੂੰ ਪ੍ਰੋਗਰਾਮ ਪੈਣ 'ਚ ਲਿਆ, ਮੈਂ ਇਹਨੂੰ ਕਿਤੇ ਮੇਸ਼ ਪੈਣ ਨਹੀਂ ਕਰਨਾ ਯਾਰ, ਜਿਹੜਾ ਮੈਂ ਇੰਨਾ ਸਜਾਵਾਂ। ਨਹੀਂ ਬੂਟਾ ਜੀ ਚਲੋ, ਰਿਸ਼ਤਾ ਅਸੀਂ ਲੱਭ ਲੈਂਦੇ ਹਾਂ, ਰਿਸ਼ਤਾ ਦੇਖ ਲੈਂਦੇ ਹਾਂ, ਸਾਡੀਆਂ ਵੀ ਧੀਆਂ ਭੈਣਾਂ ਨੇ, ਧੀ ਭੈਣ ਆ ਕੋਈ ਮਸਲਾ ਨਹੀਂ, ਲੇਕਿਨ ਯਾਰ ਕੋ ਥੋੜਾ ਜਿਹਾ ਦਿਜ ਨੇ ਰਿਸ਼ਤਾ ਦੇਖਣਾ, ਇਹ ਤਾਂ ਕਰਨਾ ਹੀ ਪੈਂਦਾ, ਦੁਨਿਆਵੀ ਕੰਮ ਆ ਬੂਟਾ ਜੀ, ਇਹਦੇ 'ਚ ਕੋਈ ਹਰਜ ਨਹੀਂ ਹੈ, ਘਰ ਦੇ ਆਪ ਕਹਿੰਦੇ ਨੇ ਆਪਣਿਆਂ ਨੂੰ। ਤੋ ਨਾਜ਼ਰੀਨ, ਇਸ ਕੀ ਕਾਲ ਮੈਨ ਜੋ ਹੈ ਵੋ ਕਾਟਦੀ ਹੈ ਚੂਹੇ ਕੀ? ਨਹੀਂ ਮੈਂ ਚੂਹਾ ਕਿਸ ਹਿਸਾਬ ਨਾਲ ਪਾਇਣ, ਕਾਲ ਕੱਟੀ ਤੁਸੀਂ ਲੇਕਿਨ ਹਾਲੇ ਕੱਟੀ ਨਹੀਂ ਸੀ ਗਈ, ਮੈਂ ਕੋਈ ਚੀ ਟੁੱਕਦੀ ਤੁਹਾਡੀ ਮਾੜੀ ਮੋਟੀ ਜਿਹੜੀ? ਮੈਂ ਨਹੀਂ ਕੀ, ਮੈਂ ਰਜ਼ਾਈ ਟੁੱਕਦੀ ਤੁਹਾਡੀ? ਗਰਮੀਆਂ 'ਚ ਰਜ਼ਾਈ ਹੁੰਦੀ ਨਹੀਂ ਬੇਟੇ। ਨਹੀਂ ਮੈਂ ਪੇਟੀ 'ਚ ਵੜ ਕੇ ਟੁੱਕਦੀ ਆ, ਯਾਨੀ ਜੋ ਵੀ ਆ ਤੂੰ ਟੁੱਕਣੀ ਆ। ਨਹੀਂ 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 ਚਲੋ ਠੀਕ ਆ ਬੂਟਾ ਜੀ,
ਬੂਟਾ ਜੀ ਉਹ ਆਏ ਨਹੀਂ ਕਸਾਈ ਹਾਲੇ ਤੱਕ। ਉਹ ਬਾਬਾ ਹੁਣ ਬੱਕਰੇ 'ਚ ਰਹਿ ਕੇ ਗਿਆ ਹੋਣਾ ਜੀ, ਖਲ ਵੇਚਦੇ ਹੁਣ। ਨਹੀਂ ਬੂਟਾ ਜੀ, ਗੱਲ ਇਹ ਹੈ ਕਿ ਜਿਹੜਾ ਮੋਟਾ ਮੋਟਾ ਸਾਰਾ ਗੋਸ਼ਤ ਮੈਂ ਖਿੱਚ ਲਿਆ ਉਹਦੇ ਅੰਦਰੋਂ, ਹੁਣ ਉਹਦੀਆਂ ਲੱਤਾਂ ਲੁੱਤਾਂ 'ਚ ਜਿਹੜਾ ਫਸਿਆ ਨਾ, ਉੱਥੇ ਮੇਰਾ ਹੱਥ ਨਹੀਂ ਪੈਣ ਦਿਆ, ਉੱਥੇ ਮੇਰਾ ਹੱਥ ਨਹੀਂ ਜਾਣ ਦਿਆ ਬੂਟਾ ਜੀ। ਆ ਇਹਨੂੰ ਹੁਣ ਖਲ ਸਮਝ ਕੇ ਵੇਚਦੇ। ਨਹੀਂ ਨਾ ਬੂਟਾ ਜੀ, ਹਾਲੇ 5-6 ਕਿਲੋ 7 ਕਿਲੋ ਗੋਸ਼ਤ ਚੰਬੜਿਆ ਸਾਈਡਾਂ ਤੇ ਲੱਤਾਂ ਦੇ ਵਿੱਚ ਵੀ ਆ ਯਾਰ ਹਾਲੇ। ਤੇ ਚੱਲ ਯਾਰ ਨਾ ਹੁਣ ਨਾਲੋਂ ਤੇ ਚੰਗਾ ਨਾ ਖਾੜਾ। ਉਹਨੇ ਹੁਣ ਕਿੱਥੇ ਲੈ ਕੇ ਜਾਣਾ, ਹੁਣ ਤੇ ਮੁੱਕ ਗਿਆ ਅੱਧੇ ਨਾਲ ਬਹੁਤਾ ਕੰਮ। ਤਾਂ ਫੇਰ ਫੇਰ ਹੁਣ ਕੋਈ ਹੱਲ ਦੱਸੋ ਨਾ ਜਿਹੜਾ ਵਿੱਚ ਬਲੋਟ ਦੇ ਨਾਲ ਉਹਨੂੰ ਕੱਢ ਲਾ। ਅੱਛਾ ਤੇ ਜੇ ਇਹਦੀ ਮੈਂ ਖੱਲ ਆਪਣੇ ਹਿਸਾਬ ਨਾਲ ਕੱਟ ਕੁੱਟ ਲਵਾਂ ਸਾਰੀ ਖੱਲ ਕੱਟ ਕੇ, ਤੇ ਬੇਕਾਰ ਹੋ ਜਾਏਗੀ ਖੱਲ ਵੀ। ਉਹ ਬੂਟਾ ਜੀ ਬੇਕਾਰ ਤੇ ਹੋਣ ਵਾਲੀ ਹੋ ਹੀ ਗਈ ਆ ਹੁਣ। ਅੱਗੇ ਮੈਂ ਚਮੋਰਾ ਪਾ ਲਿਆ, ਉਹ ਵੀ ਤੇ ਕੱਟੀ ਗਈ ਨਾ ਕੱਟੀ, ਉਹ ਲੈਂਦੇ ਹੀ ਨਹੀਂ ਖੱਲ, ਹੁਣ ਫਾਇਦਾ ਕੱਖ ਵੀ ਨਹੀਂ ਰਿਹਾ ਪਿੱਛੇ। ਤੇ ਬਸ ਫਿਰ ਉਹਨੂੰ ਆਪਣੇ ਹਿਸਾਬ ਨਾਲ ਆਪੇ ਹੀ ਕੱਢ ਕੁੱਟ ਲਾ। ਆ ਚੀਰ ਫਾੜ ਕੇ ਕੱਢ ਕੁੱਟ ਲੈਣਾ। ਆ ਆ ਉਹ ਤਾਂ ਚਾਂਪਾਂ ਗੋਸ਼ਤ ਲੱਭ ਜਾਏਗਾ ਵਿੱਚੋਂ ਤੈਨੂੰ। ਨਹੀਂ ਨਹੀਂ ਉਹ ਮੈਂ ਖਿੱਚ ਕੁੱਚ ਲਈਆਂ ਸਾਰੀਆਂ। ਚਾਂਪਾਂ ਵੀ ਖਿੱਚ ਲਈ? ਹਾਂਜੀ, ਜਿੱਥੇ ਜਿੱਥੇ ਮੇਰਾ ਹੱਥ ਪਿਆ, ਹੁਣ ਸਿਰਫ ਜਿਹੜੀਆਂ ਨੁਕਰਾਂ ਨਹੀਂ ਹੁੰਦੀਆਂ, ਨੁਕਰਾਂ ਜਿਹੜੀਆਂ ਅਗਲੀਆਂ ਲੱਤਾਂ ਦੇ ਜਿਹੜਾ ਪਾਵਿਆਂ ਤੋਂ ਥੋੜਾ ਉੱਤੇ ਕਰਕੇ ਉਕਤੇਬ। ਹਾਂਜੀ ਦਸਤੀ ਉਹ ਮੈਂ ਨਿੱਕਾ ਮੁੰਡਾ ਮੇਰਾ ਕੋਈ 5-6 ਸਾਲ ਦਾ, ਮੈਂ ਉਹਨੂੰ ਧੂ ਧੂ ਕੇ ਨਾ ਮੋਰੇ ਸਾਰੀ ਅੰਦਰ ਵਾੜਤਾ। ਮੈਂ ਕਿਹਾ ਜਾ ਗੋਸ਼ਤ ਲੱਭ ਕੇ ਲਿਆ, ਉਹਨੇ ਲੱਤ ਫਸਾ ਲਈ ਅਗਲੀ ਲੱਤ ਦੇ ਵਿੱਚ, ਬੱਕਰੇ ਦੀ ਲੱਤ 'ਚ ਲੱਤ ਫਸਾ ਲਈ, 1.5 ਘੰਟਾ ਲਾ ਕੇ ਉਹਨੂੰ ਮੈਂ ਖਿੱਚਿਆ ਦੁਬਾਰਾ ਬਾਹਰ, ਉਹਦੇ ਨਾਲ ਗੋਸ਼ਤ ਲੱਭਾ ਸੀ ਉਹ ਮੈਂ ਲਾ ਲਿਆ ਫਿਰ ਮੁੰਡਾ। ਹਾਂਜੀ ਬੱਕਰੇ 'ਚ? ਹਾਂਜੀ ਉਹੀ ਲੈ ਕੇ ਆਇਆ ਨਾ, ਬਹੁਤਾ ਦੂਰੋਂ ਦੂਰੋਂ ਉਹੀ ਖਿੱਚ ਕੇ ਲਿਆਇਆ ਕੱਢ ਕੇ। ਅੱਛਾ, ਜਿਵੇਂ ਇੱਟਾਂ ਲੈਣੀ ਥੱਲਿਓ ਇੱਟਾਂ ਉੱਤੇ ਸਿੱਟਦੇ, ਇੱਦਾਂ ਉਹ ਅੰਦਰੋਂ ਗੋਸ਼ ਸਿੱਟਦਾ ਸੀ, ਮੈਂ ਫਿਰ ਬਾਹਰੋਂ ਫੜੀ ਜਾਂਦਾ ਸਾਂ। ਹਾਂਜੀ ਬਾਕੀ ਖੱਲ ਦਾ ਤਾਂ ਜਨਾਬ ਉਹ ਕੀ ਕਹਿੰਦੇ ਨੇ ਕਿ ਖੱਲ ਕੀ ਹਸੀ ਮੁਲਾਕਾਤ ਕੇ ਲੀਏ ਆਜ ਰਾਤ ਕੇ ਲੀਏ, ਅੱਛਾ ਚਲੋ ਸੋ ਜਾਤੇ ਹੈ। ਬਾਕੀ ਬਸ ਛੱਡ ਦੇ ਹੁਣ ਤੂੰ। ਬਾਕੀ ਬੱਕਰਾ ਵੀ ਅੱਖਾਂ ਖੋਲ ਕੇ ਵਿਚਾਰਾ ਵੇਖਦਾ ਵੀ ਇਹ ਲਾਹਨਤੀ ਮੇਰੇ ਨਾਲ ਕਰਨ ਕੀ ਦਏ ਨੇ ਸਾਰੇ। ਬੱਕਰੇ ਨੂੰ ਵੀ ਮੈਂ ਕਹਿੰਦਾ ਵੀ ਯਾਰ ਅੰਦਰੋਂ ਜ਼ਰਾ ਜ਼ੋਰ ਲਾ ਤਾ ਕਿ ਗੋਸ਼ ਜਿਹੜਾ ਨਾ ਬਾਹਰ ਨੂੰ ਆਵੇ, ਪਰ ਨਹੀਂ ਉਹ ਵੀ ਐਸਾ ਢੀਠਾ ਢੇਠ ਮੀਸਣਾ ਬਣ ਕੇ ਪਿਆ ਚੁੱਪ ਕਰਕੇ। ਅੱਛਾ ਤੇ ਪਾਵਿਆਂ ਦਾ ਬੂਟਾ ਜੀ ਮੈਂ ਕਿੱਦਾਂ ਕੀ ਕਰਾਂ ਪਾਵਿਆਂ ਦਾ? ਪਾਵੇ ਉੱਥੋਂ ਕਿਸੇ ਦੇ ਕੋਲੋਂ ਤੜਵਾ ਲਿਆ। ਅੱਛਾ ਪਾਵੇ ਜਾਨੀ ਕਟਵਾ ਲਿਆ ਵਾ, ਖੱਲ ਸਮੇਤ ਹੀ ਉਹਨੂੰ ਲੈ ਜਾਂਦਾ। ਬੁੱਕਲ ਜੀ ਮਾਰ ਕੇ? ਬੁੱਕਲ ਮਾਰ? ਬੁੱਕਲ ਦੇ ਵਿੱਚ ਗੋਸ਼ਤ ਨੀ ਮੇਰੀ, ਬੁੱਕਲ ਦੇ ਵਿੱਚ ਗੋਸ਼ਤ। ਅੱਗੇ ਬੂਟਾ ਜੀ ਮੈਂ ਬੇਧਿਆਨੀ ਦੇ ਨਾਲ ਨਾ ਪਹਿਲੇ ਇੰਜ ਕਰਕੇ ਵਿੱਚ ਹੱਥ ਮਾਰਿਆ ਜਨਾਬ, ਸਿੱਧਾ ਹੀ ਮੇਰਾ ਹੱਥ ਉਹਦੀ ਓਜਰੀ ਪਾੜ ਕੇ ਉਹਦੇ ਅੰਦਰ ਜਨਾਬ, 5 ਉਂਗਲਾਂ ਮੇਰੀਆਂ ਹੱਥ। ਅੱਛਾ, ਸਰਫ ਦੇ ਨਾਲ ਮੈਂ ਹੱਥ ਧੋਂਦਾ ਰਿਹਾ ਬਾਅਦ ਚ ਆਪਣੇ। ਸ਼ੁਕਰ ਕਰ ਕਿਤੇ ਹੋਰ ਜਗ੍ਹਾ ਤੇ ਨਹੀਂ ਵੱਜ ਗਏ। ਚਲੋ ਬਾਹਰ ਬੂਟਾ ਜੀ, ਚਲੋ ਅੱਲਾ ਖੈਰ ਕਰੇ ਜੋ ਵੀ ਹੈ। ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਇਜਾਜ਼ਤ ਦੀਜੀਏ, ਅੱਲਾ ਹਾਫਿਜ਼।